ਸਕਾਰਪੀਓ 'ਚ ਸਵਾਰ ਲੁਟੇਰੇ 8 ਲੱਖ ਲੈ ਕੇ ਫਰਾਰ। ਬਠਿੰਡਾ ਦੇ ਬਰਨਾਲਾ ਰੋਡ 'ਤੇ ਚੌਂਕ ਵਿੱਚ ਸਕਾਰਪੀਓ ਸਵਾਰ ਲੁਟੇਰੇ ਅੱਜ ਸ਼ਾਮ ਇੱਕ ਵਿਅਕਤੀ ਦਾ 8 ਲੱਖ ਰੁਪਏ ਨਾਲ ਭਰਿਆ ਬੈਗ ਖੋ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਸਕਾਰਪੀਓ ਸਵਾਰ 4 ਲੁਟੇਰਿਆਂ ਨੇ ਕਾਰ ਸਵਾਰ ਵਿਅਕਤੀ ਤੋਂ ਅੱਗੇ ਦਾ ਰਸਤਾ ਪੁੱਛਿਆ, ਜੋ ਕਿ ਅਚਾਨਕ ਉਸ ਦੀ ਕਾਰ ਵਿੱਚ ਰੱਖਿਆ 8 ਲੱਖ ਰੁਪਏ ਦਾ ਭਰਿਆ ਬੈਗ ਖੋ ਕੇ ਫਰਾਰ ਹੋ ਗਏ। ਦੇਖੋ, ਇਸ ਤਰ੍ਹਾਂ ਹੁਣੇ ਸਾਡੇ ਨੋਟਿਸ 'ਚ ਆਇਆ ਹੈ ਉਹ, ਅਤੇ ਸਾਨੂੰ ਉਸ ਮੁੰਡੇ ਨੇ ਦੱਸਿਆ ਜਿਹੜਾ ਆਪਣੇ ਸੁਨਾਹ ਦਾ ਮੁੰਡਾ ਹੈ ਕਿ ਉਹ 8 ਲੱਖ ਰੁਪਈਆ ਲੈ ਕੇ ਆ ਗਿਆ ਸੀ, ਆ ਰਿਹਾ ਸੀਗਾ। ਉਹਨੂੰ 4 ਮੁੰਡੇ ਜਿਹੜੇ ਨੇ ਉਹ ਸਕਾਰਪੀਓ ਗੱਡੀ ਜਾ ਰਹੇ ਸੀਗੇ, ਉਹਨਾਂ ਨੇ ਉਹਨੂੰ ਬੁਲਾ ਕੇ ਉਦੋਂ ਪੁੱਛਿਆ ਵੀ ਆਹ ਸੜਕ ਕਿਹੜੇ ਪਾਸੇ ਨੂੰ ਜਾਂਦੀ ਹੈ। ਸੋ ਨਾਲ ਦੀ ਨਾਲ ਉਹਨਾਂ ਨੇ ਉਹਦੇ ਕੋਲ ਬੈਗ ਸੀਗਾ, ਉਹ ਬੈਗ ਖੋ ਕੇ ਜਿਹੜਾ ਉਹਦਾ ਲੈ ਗਏ ਨੇ। ਉਹਦੇ ਬਾਰੇ ਸਾਰੀ ਸਾਡੀਆਂ ਜਿਹੜੀਆਂ ਟੀਮਾਂ ਬਣਾ ਕੇ ਉਹ ਸਾਰੀਆਂ ਅਸੀਂ ਤਹਿਕੀਕਾਤ ਕਰ ਰਹੇ ਹਾਂ ਵੀ ਹੈ ਕੀ ਇਹ ਮੈਟਰ, ਕਿਸ ਤਰ੍ਹਾਂ ਹੋਇਆ। ਕਿਹੜੀ ਗੱਡੀ ਸੀ ਸਰ ਜਿਹੜੀ? ਇਹ ਗੱਡੀ ਉਹਨਾਂ ਕੋਲ ਸਕਾਰਪੀਓ ਗੱਡੀ ਆ, ਬਲੈਕ ਕਲਰ ਦੀ। ਅਤੇ ਰਹਿਣ ਵਾਲੇ ਕਿੱਥੋਂ ਦੇ ਆ? ਕੌਣ ਕਿੱਥੇ? ਇਹ ਮਲੋਟ ਦਾ ਮੁੰਡਾ ਰਹਿਣ ਵਾਲਾ। ਬਠਿੰਡੇ ਹੋ ਕੇ ਜਾ ਰਹੇ? ਬਠਿੰਡੇ ਹੋ ਕੇ ਜਾ ਰਹੇ। ਸਰ ਇਹ ਪਤਾ ਲੱਗੇ ਵੀ ਇੰਨੀ ਰਕਮ ਕਿੱਥੋਂ ਲੈ ਕੇ ਆ ਰਹੇ ਸੀ? ਦੇਖੋ, ਇਹ ਕਿਸੇ ਹੱਲ ਦਾ ਇਹਦਾ ਮਤਲਬ ਕਿ ਉਹਨਾਂ ਦਾ ਪਰਸਨਲ ਮਾਮਲਾ, ਆਪਾਂ ਇਸ ਸਟੇਜ ਦੇ ਉੱਤੇ ਨਹੀਂ ਇਹ ਗੱਲ ਕਰ ਸਕਦੇ ਵੀ ਕਿੱਥੋਂ ਲੈ ਕੇ ਆ ਰਹੇ। ਮੇਨ ਸਾਡਾ ਮਕਸਦ ਹੈ ਵੀ ਉਸਨੂੰ ਟਰੇਸ ਕਰੀਏ ਜਿਹੜਾ। ਆਪਣੇ ਵੱਲੋਂ ਕਿਸ ਤਰ੍ਹਾਂ ਦੀ ਕਾਰ ਵਿੱਚ? ਸਾਡੇ ਕੋਲ ਜਿਹੜੀਆਂ ਅਸੀਂ 5-6 ਟੀਮਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਹੀ ਆ, ਬਣਾ ਕੇ ਅਸੀਂ ਇਹ ਜਿਹੜੀਆਂ ਡਿਸਪੈਚ ਕਰ ਦਿੱਤੀਆਂ। ਟੀਮਾਂ ਮਤਲਬ ਕਿ ਵੱਖ ਵੱਖ ਕਿਊਰੀਆਂ 'ਤੇ ਸਾਰੀਆਂ ਦੇ ਕੰਮ ਕਰਨਗੇ। ਕੈਮਰੇ ਵਗੈਰਾ ਵੀ ਅਸੀਂ ਚੈੱਕ ਕਰ ਰਹੇ ਹਾਂ, ਉਹ ਸਾਰੇ ਜਿਹੜੇ ਪੁਰਾਣੇ ਬੰਦੇ ਜਿਹੜੇ ਨੇ ਉਹਨਾਂ ਨੂੰ ਵੀ ਅਸੀਂ ਸਾਰਾ ਬੁਲਾ ਕੇ ਜਿਹੜਾ ਹੈ ਨਾ ਰਾਊਂਡ ਅਪ ਕਰਕੇ ਪੁੱਛ ਕਰਦੇ ਹਾਂ। ਪਤਾ ਦੱਸਿਆ ਕੁਛ? ਉਹ ਅਸੀਂ ਸਾਰਾ ਦੱਸ ਰਹੇ ਹਾਂ ਤੁਹਾਨੂੰ, ਡੈਡੀ ਦਾ ਮਤਲਬ ਕਿ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ। ਹੁਣ ਇਸ ਟਾਈਮ ਜ਼ਿਆਦਾ ਟਾਈਮ ਜਿਹੜਾ ਹੀ ਹੈ ਉਹ ਗੱਲ ਕਰਨ ਦਾ ਕੋਈ ਆਈਡੀਆ ਨਹੀਂ ਬਣਦਾ, ਪਹਿਲਾਂ ਅਸੀਂ ਜਿਹੜਾ ਹੈ ਆਪਣਾ ਕੰਮ ਕਰ ਸਕਦੇ। ਜਿਸ ਤਰ੍ਹਾਂ ਆਪਣੇ ਨਾਕੇ ਲੱਗੇ ਹੋਏ, ਨਾਕੇ ਲੱਗੇ ਹੋਏ ਉਹ ਕਰਦੇ